ਸਾਨੂੰ ਮਿਲੂਗਾ ਪਹਿਲਾਂ ਛੱਪੜ ਦੇ ਨਾਲ ਆਇਆ ਉਹ ਫਿਰ ਠੀਕ ਹੈ। ਜਿਵੇਂ ਜਿਵੇਂ ਦਿਨੋ ਦਿਨ ਸਖਾਈ ਵਧੀ ਜਾਂਦੀ ਆ ਉਵੇਂ ਉਵੇਂ ਬੰਦਾ ਅਖਾਈ ਹੋਰ ਮੰਨਣ ਲੱਗੀ ਜਾਂਦਾ ਗਾ। ਪਹਿਲਾਂ ਖੇਤੋਂ ਹਰਾ ਵੱਢ ਕੇ ਲਿਆਉਂਦੇ ਟੋਕਾ ਕੋਤਰਦੇ ਫਿਰ ਇਹਨਾਂ ਨੂੰ ਰਲਾਉਂਦੇ ਅਤੇ 2 ਘੰਟਿਆਂ ਦਾ ਕੰਮ ਹੁੰਦਾ ਸੀਗਾ ਅਤੇ ਹੁਣ ਆ ਸੱਬਰ ਕੱਤੇ ਜੇ ਨਾਲ ਅਚਾਰ ਇੱਥੋਂ ਵਾਰ ਕੇ ਉਹ ਪੱਟ ਕੇ ਪਾਉਣਾ ਹੁੰਦਾ ਅਤੇ ਇਹ ਵੀ ਐਂ ਲੱਗਦਾ ਗਾ ਅਤੇ ਕੰਮ ਔਖਾ ਗਾ। ਕਹਿ ਰਿਹਾ ਔਖਾ ਤਾਂ ਕੁਛ ਨਹੀਂ ਹੁੰਦਾ ਤਾਂ ਬੰਦੇ ਨੂੰ ਸਿਖਾਈ ਦਾ ਸਾਧਨ ਜਦੋਂ ਹੋਰ ਵੱਧ ਜਾਂਦਾ ਅਤੇ ਉਵੇਂ ਉਵੇਂ ਕੰਮ ਹੋਰ ਸਿਖਾਈ ਭਾਲ ਲੱਗ ਗਏ ਦਾ ਕੰਮ ਦਿਨੋ ਦਿਨ। ਹਾਂਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਰੂੜੀ ਲੱਗ ਗਈ ਮੱਥੇ ਯਾਰ, ਚੱਕਦੇ ਆ ਵਾਰ ਕਿਉਂ ਠੀਕ ਹੈ ਸਿਹਤ ਕਿੱਧਰ ਚੱਲੀਆਂ ਸੰਗਤਾਂ ਠੀਕ ਹੈ ਬਾਈ। ਅਤੇ ਖੈਰ ਆਪਾਂ ਆਹ ਜੇ ਬਣਾਇਆ ਨਹੀਂ ਸਿਸਟਮ ਜਿਹਾ ਆਪਣਾ, ਫਿਰ ਮੈਂ ਗੱਗੂ ਦਾ ਚੱਕ ਕੇ ਲਿਆਇਆਂਗਾ। ਇਹ ਕਣੀਆਂ ਲਈਆਂ ਹੋਈਆਂ ਥੋੜ੍ਹੀ ਥੋੜ੍ਹੀਆਂ ਬਰੀਕ ਬਰੀਕ ਜਿਹੀਆਂ, ਮੈਂ ਦਵਾ ਦਵ ਦਾ ਅਚਾਰ ਪੱਟ ਕੇ ਰੱਖ ਲਈਏ ਆਪਦੇ ਹੱਥ ਥੱਲੇ ਅਤੇ ਬਸ ਫਿਰ ਬਠਿੰਡੇ ਤੋਂ ਸਰਦੂਲਗੜ੍ਹ ਨੂੰ ਜਾਂਦੀ ਹੋਈ ਅਤੇ ਮੱਝਾਂ ਛੱਪੜ ਨੂੰ ਛੱਡ ਲਈਆਂ ਪਾਪੇ ਨੇ। ਚਲੋ ਚਲੋ ਤੁਹਾਡੇ ਆਉਂਦਿਆਂ ਨੂੰ ਵਧੀਆ ਖਾਣਾ ਦਾਣਾ ਮਿਲੂਗਾ। ਅਤੇ ਕਈ ਵੀਰ ਭਾਈ ਕਹਿੰਦੇ ਸੀ ਕਿ ਅਚਾਰ ਬਾਈ ਤੁਹਾਡਾ ਪੋਲਾ ਗਾ, ਅਚਾਰ ਪੋਲਾ ਨਹੀਂ ਹੈਗਾ ਬਾਈ, ਅਤੇ ਉਹ ਜਿੱਥੋਂ ਇੱਥੇ ਹੈਗਾ ਮੁੱਢ ਜੇ 'ਚ ਮੂੰਹ ਜੇ ਕੋਲ ਨਾ ਅਚਾਰ ਜਿਵੇਂ ਲੰਮਾ ਜਿਹਾ ਨਹੀਂ ਖਿਲਰਿਆ ਪਿਆ ਹੁੰਦਾ, ਉਹਨੂੰ ਮੋੜ ਕੇ ਉੱਤੇ ਜੇ ਕਰਿਆ ਸੀ ਉਹ ਤਾਂ ਕਰਕੇ ਮੂਹਰੋਂ ਪੋਲਾ ਲੱਗਦਾ। ਕੱਲ੍ਹ ਮੈਂ ਤੰਗੜੀ ਨਾਲ ਮਸਾਂ ਪੱਟਿਆ ਅਤੇ ਅੱਜ ਦੁਬਾਰੇ ਫਿਰ ਆਹ ਗੱਗੂ ਦਾ ਯੰਤਰ ਜਿਹਾ ਚੱਕ ਕੇ ਲਿਆਇਆ ਗਾ, ਮਖਾ ਇਹਦੇ ਨਾਲ ਥੋੜ੍ਹਾ ਜਿਹਾ ਠੀਕ ਪੱਟਿਆ ਜਾਂਦਾ ਅਤੇ ਤੰਗੜੀ ਤਾਂ ਜਮਾਂ ਖੁੱਭਦੀ ਕੋਈ ਨਹੀਂ ਸੀਗੀ ਵਿੱਚ। ਅਤੇ ਖੈਰ ਕਰਦੇ ਹਾਂ ਸਾਰੀ ਗੱਲਬਾਤ। ਗੁੱਡ ਮੋਰਨਿੰਗ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਆਪਣੇ ਨਵੇਂ ਬਲੌਗ 'ਚ। ਅੱਜ 19 ਸਤੰਬਰ 3 ਅੱਸੂ ਦਿਨ ਹੈਗਾ ਮੰਗਲਵਾਰ ਦਾ, ਸਾਲ 2023 ਅਤੇ ਸਮਾਂ ਸਵੇਰੇ ਦੇ 10 ਵਜੇ ਦਾ ਹੋ ਗਿਆ ਅਤੇ ਕਿਣ ਮਿਣ ਲੱਗੀ ਹੋਈ ਆ। 3 ਕੁ ਦਿਨਾਂ ਦਾ ਆਹੀ ਕੰਮ ਜਿਹਾ ਚੱਲੀ ਜਾਂਦਾ। ਸੋਹਣਾ ਲੱਗਦਾ ਕਣੀਆਂ ਦਾ ਹਲਕਾ ਹਲਕਾ ਖੜਕਾ ਜਿਹਾ, ਇਹ ਵੇਖਦੇ ਹੁਣ ਅੰਦਰੋਂ ਤੁਹਾਨੂੰ ਪੱਟ ਕੇ ਅਚਾਰ ਦੁਬਾਰੇ ਦਿਖਾਉਣਾ ਥੋੜ੍ਹਾ ਜਿਹਾ ਨਮੂਨਾ ਬਾਈ, ਤੁਸੀਂ ਆਪ ਦੱਸ ਦਿਓ ਦੁਬਾਰੇ ਇਹ ਕਰੜਾ ਕੇ ਪੋਲਾ ਗਾ ਅਚਾਰ। ਅਤੇ ਖੈਰ ਧੰਨਵਾਦ ਭਾਈ ਵੀਡੀਓ 'ਤੇ ਕਲਿੱਕ ਕਰਨ ਵਾਸਤੇ ਅਤੇ ਐਂਡ ਤੱਕ ਲਾਜ਼ਮੀ ਦੇਖਿਓ ਬਲੌਗ, ਤੁਹਾਨੂੰ ਵਾਕਈ ਬਹੁਤ ਜ਼ਿਆਦਾ ਵਧੀਆ ਲੱਗਣ ਵਾਲੇ। ਇਸ ਗੱਲ ਦੀ ਗਰੰਟੀ ਅਸੀਂ ਪਹਿਲੀਆਂ ਹੀ ਦਿੰਦੇ ਹਾਂਗੇ, ਤਾਂ ਤੁਸੀਂ ਲਾਈਕ ਵੀ ਪਹਿਲੀਆਂ ਹੀ ਕਰ ਦਿਓ, ਨਵੇਂ ਆਏ ਚੈਨਲ ਦੇ ਸਬਸਕ੍ਰਾਈਬ ਕਰ ਲਿਓ, ਫੇਸਬੁੱਕ 'ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਲਾਜ਼ਮੀ ਕਰ ਲਿਓ। ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ, ਸਾਰੀ ਗੱਲਬਾਤ ਤੁਹਾਡੇ ਨਾਲ ਕਰਦੇ ਰਹੇ ਨਾ, ਸ਼ੇਅਰ ਗਾਲ ਗੱਪੇ ਤੋਂ ਰਹਿਤ ਅਤੇ ਦੇਸੀ ਮਾਹੌਲ ਹੁੰਦਾ ਸਾਰਾ। ਅਤੇ ਆਹ ਪਰਾਲੀ ਜੀ ਸਾਨੂੰ ਉੱਥੋਂ ਸਾਹਮਣਿਓ ਮਿਲ ਗਈ ਸੀਗੀ, ਗਵਾਂਢੀਆਂ ਨੇ ਧੜ ਲਾਹੀ ਹੋਈ ਤੂੜੀ ਵਾਲੀ, ਉਦੋਂ ਸਾਨੂੰ ਸੌਖਾ ਹੋ ਗਿਆ ਸੀ, ਮਿੱਟੀ ਵੀ ਨਹੀਂ ਮਿਲਾਉਣੀ ਪਈ ਸੀ। ਕੀ ਮੰਮੀ ਨਵਾਂ ਪਾਈ ਦਿੰਦਾ ਫਿਰ ਵੱਧ ਨਾ ਆ ਜਾਣ ਕਣੀਆਂ, ਮੈਂ ਅੰਦਰ ਰੱਖ ਦੂੰ ਇੱਥੇ। ਅਤੇ ਖੈਰ ਹਰੇਕ ਬੰਦੇ ਨੂੰ ਆਇਆ ਹੁੰਦਾ ਕਿ ਮੇਰਾ ਆਪਦਾ ਬਈ ਕੰਮ ਨਿਬੜ ਜੇ, ਫਿਰ ਕਣੀਆਂ ਜਾਂ ਵੱਧ ਮੀਂਹ ਆਇਆ ਜਾਂ ਹੋਰ ਵੱਧ ਔਖਾ ਹੋਜੂਗਾ ਕੰਮ। ਚੱਲ ਵੀ ਖੋਲਦੇ ਹਾਂ ਪਟਾਰਾ ਆਪਣਾ। ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ। ਇਹ ਇੱਥੋਂ ਚਰਕ ਦਾਣੀ ਹੈ ਤਾਂ ਇੱਥੋਂ ਕੀ ਹੁੰਦਾ ਜਿਵੇਂ ਕੱਲ੍ਹ ਵਾਲੇ ਪੱਟਿਆ ਹੋਇਆ ਨਾਲ ਲਾ ਜਾਂਦਾ। ਇੱਕ ਵੀਰ ਕਹਿੰਦਾ ਸੀ ਬਾਈ ਹੱਥ ਮਾਰਦਾ ਕਰਾਂ ਚਾਰ ਪੱਟ ਕੇ, ਅਤੇ ਆਹ ਕੰਮ ਪੂਰਾ ਭੈੜਾ ਗਾ ਨਹੀਂ ਗਾ ਬਈ। ਅਤੇ ਉਹ ਜਿਵੇਂ ਆ ਕੰਨੀ ਜੀ ਹੁੰਦੀ ਨਾ ਕਿਨਾਰੀ ਜੀ ਬਈ, ਇਹ ਅੱਗੋਂ ਆਪਾਂ ਮੋੜ ਕੇ ਨਾਲ ਲਾਤੀ ਹੁੰਦੀ ਆ, ਉੱਥੋਂ ਅਚਾਰ ਤਾਂ ਕਰਕੇ ਪੋਲਾ ਲੱਗਦਾ ਸੀਗਾ, ਅਤੇ ਨਹੀਂ ਪੋਲੇ ਪਾਲੇ ਵਾਲੇ ਤਾਂ ਕੋਈ ਗੱਲਬਾਤ ਨਹੀਂ ਹੈਗੀ। ਅਤੇ ਤੰਗਲੀ ਨਾਲ ਕੱਲ੍ਹ ਮੈਥੋਂ ਪੱਟਿਆ ਨਹੀਂ ਗਿਆ ਸੀਗਾ, ਹਿਸਾਬ ਹਿਸਾਬ ਲਾ ਲਓ। ਅਤੇ ਗਰਮਾਇਸ਼ ਅੱਜ ਸਵੇਰੇ ਦੀ ਪੂਰੀ ਹੈਗੀ, ਕਰਕੇ ਜਦੋਂ ਦਾ ਜਿੰਮ ਗਿਆ ਗਾ, ਜਿਵੇਂ ਧੁੱਕੀ ਨਿਕਲੀ ਪਈ ਉਧਰੋਂ ਲੈਟ ਉੱਟ ਗਈ ਅਤੇ ਜਿੰਮ 'ਚ ਵੀ ਹਾਏ ਬੂਹ ਕਰੀ ਜਾਂਦੇ ਸੀਗੇ ਸਾਰੇ, ਇੰਨਾ ਜ਼ਿਆਦਾ ਅੱਜ ਗਰਮੀ ਵਾਲਾ ਮਾਹੌਲ ਸੀਗਾ ਭੈੜਾ, ਅਤੇ ਹੋ ਸਕਦਾ ਮੀਂਹ ਥੋੜ੍ਹਾ ਜਿਹਾ ਵੱਧ ਆ ਜਾਵੇ। ਚੱਲ ਬਈ ਸੱਜਣਾ ਤੂੰ ਲਿਬੜਕਾ ਤੋਂ ਗਿਆ
ਢਕੰਗਾ ਜਿਹਾ ਵੀ ਪੁੱਠਾ ਆਉਂਦਾ ਮੁੜ ਕੇ ਤੇ ਉਹ ਵੀਰ ਕਹਿੰਦੇ ਹਜੇ ਅਚਾਰ ਥੋੜ੍ਹਾ ਲਾਦੜਿਆ ਘੱਟ ਗਿਆ, ਇਹੋ ਜਿਹੀ ਗੱਲ ਨਹੀਂ ਹੈਗੀ ਬਾਈ। ਅਤੇ ਉਹ ਤੁਸੀਂ ਮੱਥੇ ਜਿਹੇ ਤੋਂ ਦੇਖ ਲਿਆ, ਉਹਨਾਂ ਕਾ ਤਾਂ ਕਰਕੇ ਲੱਗਿਆ ਸੀਗਾ। ਅਤੇ ਹੁਣ ਜਿਵੇਂ ਇੱਥੋਂ ਪੱਟ ਕੇ ਇਹਦਾ ਥੋੜ੍ਹਾ ਜਿਹਾ ਪੋਲਾ ਹੈਗਾ ਇੰਨਾ ਕਦਾ ਕੰਨੀ ਜੀ ਤੋਂ, ਬਾਕੀ ਮਾਹੌਲ ਸਾਰਾ ਸੂਤ ਹੈਗਾ। ਅਤੇ ਧੰਨਵਾਦ ਬਹੁਤ ਸਾਰੇ ਵੀਰਾਂ ਨੇ ਬਹੁਤ ਸਾਰੇ ਸੁਝਾਅ ਦਿੱਤੇ, ਉਹਨਾਂ ਸਾਰੇ ਵੀਰਾਂ ਭਾਈਆਂ ਦਾ ਧੰਨਵਾਦ। ਕੋਈ ਵੀ ਗੱਲਬਾਤ ਹੋਵੇ ਸਾਂਝੀ ਕਰਦੇ ਰਿਹਾ ਕਰੋ, ਕੋਈ ਦੇਖਭਾਲ ਹੋਵੇ ਅਤੇ ਜਿਵੇਂ ਬਾਈ ਕਹਿੰਦਾ ਸੀਗਾ ਹੱਥ ਮਾਰਦੇ ਕਰੋ, ਅਤੇ ਹੋ ਸਕਦਾ ਉਹਦੇ ਨਾਲ ਵੀ ਆਹ ਦੇਖ ਲਓ ਬਾਈ ਇਹਦਾ ਕੀ ਹਾਲ ਹੋ ਗਿਆ। ਅਤੇ ਤੁਸੀਂ ਕਹਿੰਦੇ ਭਾਈ ਅਚਾਰ ਪੋਲਾ, ਹੁਣ ਆਹ ਤਾਂ ਚੁੰਝੂ ਜਿਹਾ ਤਾਂ ਬਿੰਗਾ ਵੀ ਹੋ ਗਿਆ, ਮੈਨੂੰ ਲੱਗਦਾ ਇਹ ਤਾਂ ਦੋ ਕੁ ਦਿਨ ਹੀ ਕੱਟੂ ਐਂ ਤਾਂ ਇਹ। ਅਤੇ ਲਤੜਾਈ ਇਹਦੀ ਇੰਨੀ ਫੁੱਲ ਕਰੀ ਸੀਗੀ, ਅਤੇ ਮੱਕੀ ਵਾਲੀ ਮਸ਼ੀਨ ਜਿਹੜੀ ਅਚਾਰ ਬਣਾਉਣ ਵਾਲੀ ਹੁੰਦੀ ਆ ਉਹ ਮਗਰ ਹੁੰਦੀ ਸੀ ਟਰੈਕਟਰ ਦੇ, ਜਦੋਂ ਵੇਲ ਮਿਲਦੀ ਸੀ ਘੰਟਾ ਦੋ ਘੰਟੇ ਉਹਦੀ ਮੜ ਜਾਂਦੇ ਸੀਗੇ। ਹਾਂਜੀ ਖਾਲਸਾ ਜੀ, ਚੜ੍ਹਦੀ ਕਲੀ ਚਾਹੀਦੀ ਆ, ਸੁਣਾ ਜੋ ਗੱਲਬਾਤ ਕੋਈ। ਸਹੀ ਆ, ਸੂਤ ਚੱਲਦਾ ਕੰਮ। ਅਤੇ ਨਾ ਭਾਈ ਵਕੀਲ ਖਾਲਸਾ ਜੀ ਆਪਣੇ ਗੁਆਂਢੀ ਮਿੱਤਰ, ਚੰਗੀ ਸਿਹਤ? ਬਸ ਆਹ ਵੇਖ ਲਾ ਤੇਰੇ ਸਾਹਮਣੇ ਆ। ਵਾਹਿਗੁਰੂ ਜੀ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਬੇਨਤੀ, ਚਾਰ ਪੱਟ ਕੇ ਧਰਦੇ ਕਰ ਪਹਿਲਾਂ। ਹਾਂ ਉਹੀ ਕਰੀ ਜਾਂਦੇ, ਮਾਂ ਮਾੜੀ ਮਾੜੀ ਕਣੀਆਂ ਹੀ ਵੀ ਜਾਂਦੀਆਂ, ਫਿਰ ਮੈਂ ਮਾਹੌਲ ਵਧੀ ਜਾਂਦਾ। ਮੈਂ ਤਾਂ ਆਹ ਗੱਲ ਕਰੀ ਜਾਂਦਾ ਸੀਗਾ ਖਾਲਸਾ। ਅਤੇ ਉਹ ਬਾਈ ਕਹਿੰਦੇ ਸਾਡਾ ਅਚਾਰ ਪੋਲਾ, ਜਿਵੇਂ ਆਹ ਮੱਥੇ ਜੀ ਤੋਂ ਕੰਨੀ ਜੀ ਮੋੜੀ ਹੁੰਦੀ ਆ ਉਹ ਪੋਲਾ ਦੇਖ ਗਿਆ, ਅਤੇ ਹੁਣ ਆਪਣੇ ਆਹ ਦੇਖ ਇਹਦਾ ਪੱਟਣ ਵੇਲੇ ਕੀ ਹਾਲ ਹੋ ਗਿਆ। ਹੁਣ ਦੱਸ ਅਚਾਰ ਪੋਲਾ ਕੇ ਕਰਾ ਭਾਈ ਖਾਲਸਾ। ਹਾਂ ਨਹੀਂ ਫਿਰ ਖਰਾਬ ਨਹੀਂ ਹੁੰਦਾ ਕਰਾ ਉਹਨਾਂ ਮਾੜਾ ਜਿਹਾ। ਉਹ ਫਿਰ ਕੱਲ੍ਹ ਮੈਂ ਤੰਗੜੀ ਨਾਲ ਪੱਟਿਆ ਨਹੀਂ ਯਾਰ, ਮਸਾਂ ਪੱਟਿਆ ਮੈਂ ਰਾਹ ਚੱਕ ਕੇ ਲਿਆ ਗੱਗੂ ਦਾ ਹੈਗਾ, ਮੈਂ ਤਾਂ ਬਣਵਾ ਕੇ ਲਿਆਉਣਾ ਜੀ ਬਸ ਆਪ ਸੂਤ। ਵਾਹਿਗੁਰੂ 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 ਮਾਰਤਾ ਮੰਤਰ ਬਾਬਿਆਂ ਨੇ, ਅੱਗੀ ਭਾਲ ਲਿਆ ਬਾਬੇ। ਹੋਰ ਵਾਹਿਗੁਰੂ ਵਾਹਿਗੁਰੂ ਚਾਬੀ ਹੈ, ਬਹੁਤ ਵਧੀਆ ਬਹੁਤ ਵਧੀਆ ਸੂਤ ਹੈ, ਵਾਸ਼ਨਾ ਸੋਹਣੀ ਹੁੰਦੀ ਨਾ ਇਹ। ਯਾਰ ਮੇਰਾ ਦਾਣਾ ਹੈ, ਦਾਣਾ ਇਹਦਾ ਤੂੜੀ ਪਾਓ ਥੋੜੀ, ਦਾਣਾ ਪਾਓ ਥੋੜਾ, ਮੇਰਾ ਦਾਣਾ ਹੀ ਹੈ। ਅਤੇ ਉਹ ਮਾਤਾ ਕਹਿੰਦੇ ਹਜੇ ਇਹਦੇ 'ਚ ਆਪਣਾ ਖਾਲ ਅਤੇ ਦਾਣਾ ਹਜੇ ਹੌਲੀ ਹੌਲੀ ਘਟਾਵਾਂਗੇ ਆਪਾਂ, ਕਿਹੜਾ ਉਹੀ ਪਾਉਂਦੇ ਹਾਂ ਪਹਿਲਾਂ ਵਾਲਾ, ਅਤੇ ਮੱਝਾਂ ਤਾਂ ਊਂ ਚੱਟ ਜਾਂਦੀਆਂ, ਖੋਲਣੀਆਂ ਜਮ੍ਹਾਂ ਕਰ ਜਾਂਦੀਆਂ ਸਾਫ਼। ਹਾਂ 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 ਚਾਹ ਪੀਵਾਂਗੇ, ਚਾਹੇ ਦੁੱਧ ਵਧੂ ਆ, ਦੇਖ ਰਹੇ ਅੱਜ ਤਾਂ ਦੋ ਤਿੰਨ ਕੁ ਦਿਨ ਹੀ ਹੋਏ ਹੈਗੇ। ਠੀਕ ਹੈ ਜੀ, ਅਤੇ ਊਂ ਤਾਂ ਲਗਭਗ ਸਾਰੇ ਪਿੰਡ ਨੂੰ ਐਂ ਹੋ ਰਿਹਾ ਸੀ ਖਾਲਸਾ ਜੀ ਕਿ ਅਚਾਰ ਖਰਾਬ ਹੋ ਗਿਆ ਨਾ ਆਪਣਾ। ਜਵਾਰ 8-10 ਦਿਨਾਂ ਦੀ 8-10 ਦਿਨਾਂ ਦੀ, ਤੇ ਉਹਦੇ ਕਰਕੇ ਨਾ ਥੋੜਾ ਜਿਹਾ ਰਸਿਆ ਸੀ ਅਚਾਰ ਇਹ, ਤੇ ਭੇਜਣ ਭੁੱਜਣ ਦਾ ਠੀਕ ਸੀਗਾ, ਭਿੱਜ ਗਿਆ ਸੀਗਾ ਪਰ ਬੱਚਤ ਰਹਿ ਗਈ ਸੀਗੀ। ਚੈੱਕ ਬਈ ਭਰ ਲਈ ਆ ਪੱਲੀ ਇੱਕ ਵਾਰੀ, ਜਿੰਨਾ ਕੁ ਆਪਾਂ ਨੂੰ ਅਚਾਰ ਇੱਕ ਵਾਰੀ ਦਾ ਚਾਹੀਦਾ। ਤੇ ਇੱਕ ਦੋ ਕਬੀਰ ਐਂ ਵੀ ਕਹਿੰਦੇ ਸੀ ਕਿ ਬਈ ਜੇ ਤੁਹਾਡਾ ਅਚਾਰ ਗਰਮ ਨਹੀਂ ਹੈਗਾ ਤੇ ਲਤੜਾਈ ਘੱਟ ਹੋਈ ਹੋਣੀ ਹੈ, ਵੀ ਲੜਾਈ ਘੱਟ ਕਰਕੇ ਉਹ ਆਉਂਦਾ ਹੈਗਾ ਵੀ ਠੰਡਾ ਠੰਡਾ ਨਹੀਂ ਬਈ ਉਹ ਮੌਸਮ ਦੇ ਹਿਸਾਬ ਨਾਲ ਸੀ। ਉੱਦਾਂ ਪਰਸੋਂ ਮੈਂ ਸਵੇਰੇ ਸਵੇਰੇ ਪੱਟ ਰਿਹਾ ਸੀਗਾ ਅਤੇ ਠੰਡ ਵਾਲਾ ਮਾਹੌਲ ਜਿਹਾ ਸੀਗਾ, ਜਦੋਂ ਧੁੱਪ ਆਉਂਦੀ ਆ ਉਹ ਤਾਂ ਪੂਰਾ ਗਰਮਾਇਸ਼ ਹੁੰਦੀ ਆ, ਗਰਮਾਇਆ ਹੁੰਦਾ ਗਰਬਿਆ ਹੁੰਦਾ ਗਾ, ਅਤੇ ਤਾਂ ਬਾਕੀ ਤੁਹਾਨੂੰ ਲਤੜਾਈ ਦਾ ਨਮੂਨਾ ਦਿਖਾਈ ਦਿੱਤਾ, ਉਹ ਕੰਘਾ ਜਿਹਾ ਦੱਸਦਾ ਗਾ ਲੋਟ ਆ ਮਾਹੌਲ, ਕੰਘਾ ਜਿਹਾ ਵੀ ਖਰਾਬ ਹੋ ਗਿਆ। ਹਾਂ ਲੋਟਾ ਭਰਾ ਲੋਟਾ, ਹਾਂ ਵੀ ਮਿੱਤਰਾ ਲੋਟਾ ਮੌਕੇ ਦੀ ਆ ਗਿਆ, ਪਤਾ ਕਿਵੇਂ ਦੇਖਣ ਨਹੀਂ ਪੱਲੀ ਖਿਚਾਉਣੀ ਅੰਦਰ ਦੇ ਭਾਈ ਭਾਰ ਹੋ ਰਹੇ ਵਾਹਵਾ ਹੋ ਜਾਂਦੇ ਆ, ਆਏ ਉੱਧਰਲੇ ਪਾਸੇ ਹੱਥ ਪਾਈ। ਅਤੇ ਇੱਥੋਂ ਮੈਂ ਸਿੱਧਾ ਇਹਨੂੰ ਖਿੱਚ ਕੇ ਇਕੱਲੇ ਲਿਆ ਨਾਉਣਾ ਅੰਦਰ ਤੱਕ, ਅਤੇ ਪੱਟਾਂ ਦਾ ਖੈਰ ਚੰਗਾ ਜ਼ੋਰ ਵਾਣ ਦਾ ਪੱਟ ਭਰ ਜਾਂਦੇ ਹੈਗੇ, ਲੈ ਜ਼ੋਰ ਲਾਵਣਾ ਆ
ਸ਼ਾਬਾਸ਼ ਛੱਡ ਦੇ ਕਰਾਂ ਮੈਂ ਢੱਕ ਦਿਆਂ ਤੇ ਸਾਹਮਣੇ ਵਾਲੇ ਦਰਖਤਾਂ ਤੇ ਕੜਕੀਲੇ ਹੋ ਰਹੇ ਨੇ ਲਾਈਆਂ ਹੋਈਆਂ ਰੌਣਕਾਂ ਠੀਕ ਆ ਵੀਰੇ ਜੈ ਚੈੱਕ ਵੀ ਚਾਰ ਹੋਰੇ ਲਿਆ ਕੇ ਮਰੂਦਾਂ ਦੀ ਛਾਂ ਚ ਰੱਖਤੇ ਸੀ ਤੇ ਆਪਾਂ ਚੱਕ ਲਿਆ ਬੰਬੂ ਕਾਟ ਤੇ ਬੰਬੂ ਕਾਟ ਤੇ ਜਾਂਦੇ ਹਾਂ ਆਪਾਂ ਚੱਕੀ ਤੇ ਫੀਡ ਫੈਕਟਰੀ ਦਾ ਮਤਲਬ ਥੋੜ੍ਹਾ ਜਿਹਾ ਮੈਨੂੰ ਕੰਮ ਆ 10-12 GB ਦਾ ਨੈੱਟ ਦਾ ਉਹਦੇ ਵਾਈਫਾਈ ਤੋਂ ਉੱਥੋਂ ਫੋਨ ਅਪਡੇਟ ਕਰਕੇ ਲਿਆਉਣਾ 2-3 ਕੰਮ ਹੋਰ ਨੇਗੇ ਅਤੇ ਵੈਸੇ ਨੈੱਟ ਸੁੱਕ ਨਾਲ ਆਪਦੇ ਕੋਲ ਵਾਧੂ ਰਹਿੰਦਾ ਪਰ ਅੱਜ ਮੇਰੇ ਕੋਲ ਸਪੀਡ ਜਮ੍ਹਾਂ ਹੀ ਸਲੋਅ ਆ 2-3 ਦਿਨਾਂ ਦਾ ਕੰਮ ਆ ਥੋੜ੍ਹਾ ਜਿਹਾ ਔਖਾ ਅਤੇ ਵਾਈਫਾਈ ਮੈਂ ਲਵਾਇਆ ਨਹੀਂ ਹੁਣ ਲਵਾਉਣ ਦੀ ਸਲਾਹ ਹੈਗੀ ਆ ਅਤੇ ਵੈਸੇ ਮੈਂ ਵਾਈਫਾਈ ਤਾਂ ਆਪਾਂ ਨੂੰ ਜੇ ਲਵਾਈਏ ਆਪਾਂ 600 ਮਹੀਨੇ ਦਾ ਲਗਭਗ ਪੈਂਦਾ ਜੇ ਵਧੀਆ ਪੈਕ ਵੀ ਕਰਾਈਏ ਅਤੇ ਇਹਦੇ 'ਤੇ ਮੈਂ ਜੇ ਨੋਰਮਲ ਗੱਲ ਕਰਦਾ ਕਈ ਵੀਰ ਦੂਜੇ ਲੋੜ ਨਾ ਸੋਚਣਾ ਕਿ ਫੂਕ ਵਾਲੀ ਗੱਲ ਕਰਦਾ ਅਤੇ 1200-1300 ਰੁਪਏ ਦਾ ਨੈੱਟ ਮੈਨੂੰ ਮਹੀਨੇ ਦਾ ਇਹ 'ਤੇ ਹੋਣ ਲੱਗ ਜਾਂਦਾ ਵੀਡੀਓ ਅਪਲੋਡ ਕਰਨ 'ਤੇ ਜਾਂ ਵਰਤਣ 'ਤੇ ਅਤੇ ਇੰਨੇ ਬਹਾਨੇ ਨਾਲ ਉੱਥੇ ਮਿੱਤਰਾਂ ਨੂੰ ਮਿਲਾਵਾਂਗੇ ਫੀਡ ਫੈਕਟਰੀ 'ਤੇ ਦਾਸ ਕਹਿ ਲਾ ਜੀ ਕਹਿ ਲਾ ਕੁਛ ਪਹੁੰਚ ਕੇ ਫੀਡ ਫੈਕਟਰੀ 'ਤੇ ਲੋਟਾ ਜਵਾਨ ਲੋਟਾ ਕਿਵੇਂ ਬੜੀ ਸ਼ਾਂਤੀ ਸ਼ਾਂਤੀ ਬਾਅਦ ਲਾਈਟ ਦਾ 2 ਘੰਟੇ ਦਾ ਕੱਟ ਵਾਲੇ 12 ਵਜੇ ਕਹਿੰਦੇ ਆ ਹਲੇ ਵੇਖੋ ਲਿਖਿਆ ਹਲੇ 12 ਵਜੇ ਅੱਧੀ ਛੁੱਟੀ ਮਿਲ ਗਈ ਮਤਲਬ ਤੁਹਾਡੀ ਅੱਧੀ ਛੁੱਟੀ ਮੰਨ ਲਾ ਦੁਪਹਿਰਾ ਹੋਣ ਦੇ ਨੇੜੇ ਹੀ ਆ ਕੰਮ ਨਾ ਅੱਧੀ ਛੁੱਟੀ ਮੰਨ ਸਕਦੇ ਹਾਂ ਹੁਣ ਆਪਾਂ ਲੋਟਾ ਕੰਮ ਸੋਨੀ ਕਿਹੜੇ ਪਾਸੇ ਆ ਠੀਕ ਹੈ ਜੀ ਅਤੇ ਆਪਾਂ ਜੀ ਆਪਣੇ ਪਿੰਡ ਦੀ ਫੀਡ ਫੈਕਟਰੀ ਜਿਹੜੀ ਪਹਿਲਾਂ ਉਸ ਨੂੰ ਆਮ ਤੌਰ 'ਤੇ ਦਿਖਾਉਂਦੇ ਹੀ ਰਹਿੰਦੇ ਹੈਗੇ ਸਰਦੂਲਗੜ੍ਹ ਤੋਂ ਬਠਿੰਡਾ ਰੋਡ ਦੇ ਉੱਤੇ ਪਿੰਡ ਸੂਰਤੀਆ ਦਾਸਾਂ ਦਾ ਅਤੇ ਇੱਥੇ ਵੀ ਚੰਗੀਆਂ ਰੌਣਕਾਂ ਲੱਗੀਆਂ ਰਹਿੰਦੀਆਂ ਸੁੱਖ ਨਾਲ ਅਤੇ ਇਹਨਾਂ ਕੋਲ ਹੁਣ ਆਪਾਂ ਨੈੱਟ ਦਾ ਲਾਲਚ ਕਰਨ ਆਏ ਹੈਗੇ ਦੱਸ ਕੇ ਆਇਆਂ ਸਪੈਸ਼ਲ ਉੱਥੋਂ ਮੈਂ ਆਉਣ ਲੱਗਿਆ ਵੀ ਮੈਂ ਆਉਣਾ ਹੈ ਹਾਂ ਵੀ ਉੱਥੇ ਨੈੱਟ ਦਾ ਲਾਲਚ ਕਰਕੇ ਆਉਣੇ ਅਤੇ ਸਾਡੇ ਵੀ ਸੁੱਖ ਕਹਿੰਦੇ ਵੀ ਲਾਈਟ ਹੈ ਨਹੀਂ ਸਾਡੇ ਕੋਲ ਹੀ ਮੁੱਕ ਜਾਂਦਾ ਹੁੰਦਾ ਠੀਕ ਹੈ ਹਾਂ ਪਿਆ ਲਾਲ ਲੈ ਗਿਆ ਹਾਂ ਬਈ ਠੀਕ ਹੈ ਲੋਟਾ ਛੱਤ ਵਧੀਆ ਪਈ ਪਿਆ ਬਾਈ ਸੱਤ ਜਮਾਂ ਘੈਂਟ ਸੱਤ ਵਧੀਆ ਪਈ ਸੱਤ ਦਿਸੇ ਭਾਈ ਆਪਣਾ ਮਿੱਤਰ ਸੋਨੀ ਅੰਤਰ ਧਿਆਨ ਹੋ ਰਿਹਾ ਇੱਧਰ ਕੁਛ ਹੈ ਹੀ ਨਹੀਂ ਗਾ ਹੈ ਚਾਹ ਨਹੀਂ ਪੀਂਦਾ ਮਿੱਤਰਾਂ ਮੈਂ ਚਾਹ ਪੀਤੀ ਹੋਈ ਹੈਗੀ ਹਾਂ ਮਿੱਠਾ ਬਸ ਮਨ ਤਾਂ ਸਹੀ ਤੂੰ ਲੋਟਾ ਸੀ ਤਾਂ ਕੁਛ ਚਲਾ ਤਾਂ ਲੈ ਇਹਦੇ 'ਤੇ ਖਾਲੀ ਮੂੰਹ ਜਿਹਾ ਰੱਖਿਆ ਉੱਧਰ ਨੂੰ ਨੈੱਟ ਸੋਹਣਾ ਚੱਲੀ ਜਾਂਦਾ ਠੀਕ ਆ ਭਾਈ ਤੈਨੂੰ ਮੈਂ ਪਹਿਲਾਂ ਇਹਦੇ ਨਾਲ ਗੱਲ ਕਰਕੇ ਸਪੈਸ਼ਲ ਆਇਆ ਜੇ ਨੈੱਟ ਭਾਈ ਮੈਂ ਤੇਰਾ ਚੰਗਾ ਚੱਲੀ ਜਾਂਦਾ ਤਾਂ ਮੈਂ 10 ਪਹੁੰਚ ਲਿਆ ਅਤੇ 2-3 ਦਿਨਾਂ ਦਾ ਆਪਣਾ ਨੈੱਟ ਬਹੁਤ ਸਲੋਅ ਚੱਲ ਰਿਹਾ ਯਾਰ ਸੋਨੀ ਅਤੇ ਗੱਲਬਾਤ ਇਹ ਆ ਭਾਈ 10 ਆਪਦੇ 2-3 ਪੈਕ ਚਲਾ ਕੇ ਰੱਖਦੇ ਮਹੀਨੇ ਦੇ ਤਾਂ ਕਰਕੇ ਪਹਿਲਾਂ ਗੱਲ ਕਰਦਾ ਜਿਹੜਾ ਪੈਕ ਤਾਂ ਮਹਿੰਗਾ ਜਾਂਦਾ ਫੋਨ ਦੇ ਅਤੇ ਅੱਧੇ ਰੇਟ 'ਤੇ ਪਵੇ ਜੇ ਵਾਈਫਾਈ ਲਵਾਇਆ ਹੋਵੇ ਤਾਂ ਕਿਉਂ ਸੋਨੀ ਤੇਰੇ ਵਾਲਾ ਕਿਹੜੀ ਸਕੀਮ ਆ ਤੇਰੇ ਵਾਲੀ ਕਿਹੜੀ ਸਕੀਮ ਆ ਮੇਰੇ ਕੋਲ ਤਾਂ 700 ਦੀ 60 MB 700 ਦੀ 60 MB PS ਹਾਂ ਹਾਂ ਮਤਲਬ ਵੀ ਇਹ ਡਾਊਨਲੋਡਿੰਗ ਸਪੀਡ ਦੇ ਜਾਂਦਾ 7.5-8 MB ਬਹੁਤਾ ਇਹ ਹੈਗਾ ਤੇਰਾ BSNL ਸੂਤ ਆ ਭਾਈ ਹਾਂ ਹਾਂ ਲੋਟ ਆ ਭਾਈ ਇੱਥੇ ਲਾਉਣਾ ਘੰਟਾ ਅੱਧਾ ਘੰਟਾ ਹਾਂ ਸੂਤ ਆ ਭਾਈ ਲਾਈਟ ਹੈ ਨਹੀਂ ਕਦੋਂ ਆਊਗੀ ਲਾਈਟ ਆਊਗੀ ਚੱਲ ਚੰਗਾ ਵੀ ਸੱਜਣਾ ਮਾਰ ਕੇ 15-17 GB ਦੀ ਢੂਈ ਤੇ ਯਾਰ ਚੱਲਿਆ ਘਰਾਂ ਨੂੰ ਅਤੇ 1:15 ਦਾ ਹੋ ਗਿਆ ਅਤੇ ਬਸ ਅੱਜ ਦੀ ਰੈਸਟ ਇੱਥੇ ਹੀ ਹੋ ਗਈ ਸੋਨੀ ਦਾ ਬਈ ਅਤੇ ਖੈਰ ਸੁੱਖ ਸ਼ਾਂਤੀ ਬਾਂਤੀ ਹੈ ਇੱਧਰ ਕਬੂਤਰ ਉੱਡਦੇ ਫਿਰਦੇ ਹੈਗੇ ਅੱਜ ਫੀਡ ਫੈਕਟਰੀ ਦੇ ਕਿਉਂਕਿ ਲਾਈਟ ਦਾ ਪਹਿਲਾਂ 2-2.5 ਘੰਟੇ ਦਾ ਕੱਟ ਸੀਗਾ ਫਿਰ 2 ਘੰਟੇ ਦਾ ਹੋਰ ਹੋ ਗਿਆ ਤੁਸੀਂ ਹੁਣ 4 ਵਜੇ ਤੱਕ ਵਿਹਲੇ ਹੋਗੇ ਹਾਂ ਬਾਹਾਂ ਥੋੜ੍ਹੀਆਂ ਹੋਰ ਖੋਲ੍ਹ ਲਾ ਤੁਹਾਨੂੰ ਛੁੱਟੀ ਕਰਾ ਦਿਆਂਗੇ ਅੱਜ ਵੱਡਾ ਕਰਦੇ ਕੱਟ ਮਾੜਾ ਜਿਹਾ ਠੀਕ ਹੈ ਚੰਗਾ ਪੈ ਜਾਊ ਘੰਟਾ ਹੁਣ ਹਨੇਰੀ ਹੀ ਜਾਂਦੀ ਆ ਠੀਕ ਹੈ ਭਾਈ ਅਤੇ ਮੌਸਮ ਸਵੇਰੇ ਦਾ ਆ ਜਾਂਦੀ ਬਣਿਆ ਹੋਇਆ ਅਤੇ ਸੂਰਜ ਹੋ ਰਿਹਾ ਅੱਜ
ਗੈਬ ਨੇ ਗੇ ਕਿਸੇ ਪਾਸੇ ਹੈ ਨਹੀਂ ਗੇ ਤੇ ਮਾਤਾ ਹੋਰਾਂ ਨੇ ਧਾਰਾਂ ਤੇ ਡਿਊਟੀ ਲਾਈ ਹੋਈ ਆ ਤੇ ਬਾਤ ਚਲੋ ਨਵੀਂ ਬਾਤ ਪਾ ਦੋ ਮਾਤਾ ਕਿਹੜੀ ਬਾਰੇ ਚਾਂਦੀ ਦਾ ਮੁਖੜਾ ਸੋਨੇ ਦੇ ਮੁੱਛਾਂ ਰਾਮ ਜੀ ਲੈ ਗਿਆ ਕਿਹਨੂੰ ਪੁੱਛਾਂ ਚਾਂਦੀ ਦਾ ਮੁਖੜਾ ਸੋਨੇ ਦੀਆਂ ਮੁੱਛਾਂ ਰਾਮ ਜੀ ਲੈ ਗਿਆ ਕਿਹਨੂੰ ਪੁੱਛਾਂ ਕਮੈਂਟ ਜ਼ਰੂਰ ਭੇਜੋ ਲਾਈਕ ਕਰੋ ਸ਼ੇਅਰ ਕਰੋ ਧੰਨਵਾਦ ਜੁੜੇ ਰਹੋ ਚੰਦਰ ਨਾਲ ਸਤਿ ਸ੍ਰੀ ਅਕਾਲ ਬੇਟਾ ਸੋਨੂੰ ਸਾਰਿਆਂ ਨੂੰ ਧੰਨਵਾਦ ਭਾਈ ਚਲੋ ਕੱਢ ਲਓ ਧਾਰਾਂ ਬਾਈ ਹੁਣ ਸਹਿਜ ਪਤਾ ਕਰ ਲਾ ਆਪਾਂ ਬਾਤ ਕਿਹੜੀ ਪਾਈ ਸੀ ਤੈਨੂੰ ਪਤਾ ਹੀ ਨਹੀਂ ਹੈ ਨਿੱਕੀ ਜੀ ਹੱਟੀ ਵਿੱਚ ਬੈਠੀ ਗੁਲਾਬੋ ਜੱਟੀ ਗੁਲਾਬੋ ਜੱਟੀ ਕੌਣ ਆ ਗੁਲਾਬੋ ਜੱਟੀ ਕੌਣ ਮੇਰੀ ਨਾਨੀ ਤੇਰੀ ਨਾਨੀ ਇਹਦਾ ਇਹੋ ਕਨਫਿਊਜ਼ ਜਿਹਾ ਸੀ ਜਾਂਦੀ ਸੀ ਛੋਟੀ ਜਿਹੀ ਹੱਟੀ ਵਿੱਚ ਬੈਠੀ ਗੁਲਾਬੋ ਜੱਟੀ ਦੀ ਇਹਦਾ ਸਹੀ ਉੱਤਰ ਆ ਭਾਈ ਜੀਭ ਜੀਭ ਤੇ ਹੁਣ ਭਾਈ ਗੱਲਬਾਤ ਕਰਦੇ ਹਾਂ ਸਹਿਜ ਦੇ ਚੈਨਲ ਦੀ ਸਹਿਜ ਦੇ ਪੇਜ ਦੀ ਤੇ ਇਹ ਦੋਨੇ ਭੈਣ ਭਾਈ ਬਈ ਆਪਦੀਆਂ ਵੀਡੀਓ ਬਣਵਾਉਂਦੇ ਰਹਿੰਦੇ ਆ ਵਧੀਆ ਮੋਹ ਪਿਆਰ ਨਾਲ ਕੋਈ ਨਾਟਕ ਨਟੰਕੀਆਂ ਵਾਹਵਾ ਕਰਦੇ ਰਹਿੰਦੇ ਹੈਗੇ ਅਤੇ ਕੋਈ ਬੋਲੀਆਂ ਵੀ ਸਹਿਜ ਪਾਉਂਦੇ ਰਹਿੰਦੇ ਆ ਅਤੇ ਇਹਨਾਂ ਦੇ ਪੇਜ ਦਾ ਨਾਂ ਸਹਿਜ ਤਾਜ SAHIJTAJ ਤਾਜ ਅਤੇ ਇੱਥੇ ਸਕਰੀਨਸ਼ਾਟ ਵੀ ਸ਼ੋਅ ਕਰ ਦੇਣਾ ਗਾ ਅਤੇ ਬਾਕੀ ਹੁਣ ਸਹਿਜ ਕਹੂਗੀ ਕੀ ਕਹਿਣਾ ਪੁੱਤਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਲਾਈਕ ਸ਼ੇਅਰ ਵੀ ਕਰ ਲਿਓ ਫੇਸਬੁੱਕ ਤੇ ਦੇਖ ਰਿਹਾ ਤਾਂ ਫੋਲੋ ਜ਼ਰੂਰ ਕਰ ਲਿਓ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਧੰਨਵਾਦ ਭਾਈ ਸਾਰਿਆਂ ਦਾ ਤੇ ਇੰਨਾ ਕੁ ਸੀ ਆਪਣਾ ਅੱਜ ਦਾ ਬਲੌਗ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ